ਬੂਟੀਆਂ ਪੱਟ ਆਈ ਗੂਤੀਆਂ ਮਿੱਠਾ ਪਾਣੀ ਵੀ ਆ ਅੰਦਰ ਰੂਹ ਅਫਜ਼ਾ ਲਾ ਖਜੂੜਾ ਵੀ ਨੇ ਚਾਹ ਹੁਣ ਹੁਣ ਅਫਸੋਸ ਵਾਲੀ ਗੱਲ ਸੁਣ ਲੈ ਆ ਜਿਹੜੀ ਬਿਰਿਆਨੀ ਪਕਾਉਣ ਡਿਆ ਅਸੀਂ ਜਰਾ ਲੈ ਕੇ ਜਾਣੀ ਕਿਸੇ ਦੂਸਰੇ ਪਿੰਡ ਇੱਥੇ ਹੀ ਖਾਣੀ ਓ ਇੱਥੇ ਹੀ ਖਾਣੀ ਓ ਕਮਾਈ ਤੁਰ ਗਿਆ ਨਹੀਂ ਇੱਥੇ ਖਾਣੀ ਗੁੱਸਾ ਕਰ ਗਿਆ ਬਿਸਮਿਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਜਿਹੜਾ ਸਾਬਰ ਮੀਤ ਕਰਨਾ ਤੁਸੀਂ ਠੀਕ ਠਾਕ ਹੋਗੇ ਭਾਈਆ ਅਸਰ ਦਾ ਟਾਈਮ ਜੀ ਤੇ ਇਸ ਟਾਈਮ ਮੈਂ ਮਸਜਿਦ 'ਚ ਆਇਆ ਵਾਂ ਨਮਾਜ਼ ਪੜ੍ਹਨ ਵਾਸਤੇ ਅੱਲਾਹ ਦੇ ਘਰ ਇਸ ਟਾਈਮ ਮੰਗਤਾ ਭਾਈ ਮੰਗਣ ਆਏ ਅੱਲਾਹ ਕੋਲ ਕੋਈ ਕੁਛ ਨਹੀਂ ਇੱਥੇ ਸਾਰੇ ਅੱਲਾਹ ਕੋਲ ਮੰਗਣ ਆਉਂਦੇ ਨੇ ਭਾਈ ਮੰਗਣ ਵਾਸਤੇ ਆਇਆ ਅਤੇ ਅੱਲਾਹ ਪਾਕ ਦਾ ਸ਼ੁਕਰ ਹੈ ਮੇਰੇ ਜਿਹੜਾ ਨਾ 100 ਮਿਲੀਅਨ ਵਿਊ ਹੋ ਗਏ ਨੇ ਮੇਰੇ ਚੈਨਲ 'ਚ ਅਲਹਮਦੁਲਿਲਾ ਮਤਲਬ 10 ਕਰੋੜ ਵਿਊ ਹੋ ਗਏ ਨੇ ਮੇਰੇ ਚੈਨਲ 'ਚ ਅਤੇ ਮੈਂ ਜਿਹੜਾ ਨਮਾਜ਼ ਪੜ੍ਹਨ ਆਇਆ ਸਾਂ ਅਤੇ ਇਹ ਗੱਲ ਮੈਂ ਕਰ ਰਿਹਾ ਆਪਣੇ ਚਾਚੀ ਮਹੁਰਾ ਨਾਲ ਅਤੇ ਕਿਆ ਮੁੰਡਾ ਸਾਡੇ ਮਹੱਲੇ ਦਾ ਤੇਰਾ ਕਿਨਾ ਹੈ ਅਬਰਾਰ ਅਤੇ ਨਾਲ ਮਾਫੀ ਬੈਠਾ ਹੈ ਅਤੇ ਚਾਚਾ ਚੀਮੇ ਹੋਰੀ ਕਹਿੰਦੇ ਨੇ ਵੀ ਹੋਰ ਐਡੀ ਖੁਸ਼ੀ ਵਾਲੀ ਗੱਲ ਹੈ ਅਤੇ ਫਿਰ ਅੱਜ ਅਵਤਾਰੀ ਤੇਰੇ ਵੱਲੋਂ ਹੋ ਜਾਵੇ ਅਤੇ ਮੈਂ ਆਖਿਆ ਅਵਤਾਰੀ ਮੈਂ ਕਰਾਵਾਂਗਾ ਪਰ ਇੱਕ ਸ਼ਰਤ 'ਚ ਪਕਾਉਣੀ ਤੁਸੀਂ ਜਿਹੜੀ ਵੀ ਚੀਜ਼ ਪਕਾਵਾਂਗੇ ਕਹਿੰਦੇ ਠੀਕ ਹੈ ਹੁਣ ਦੱਸੋ ਫਿਰ ਕਿਹੜੀ ਚੀਜ਼ ਪਕਾਈਏ ਬਿਰਿਆਨੀ ਪਕਾ ਲਓ ਬਿਰਿਆਨੀ ਪਕਾਉਣ ਦੀ ਚਾਰਜ ਸਮਾਨ ਸਮਾਨ ਮੇਰਾ ਹੋਏਗਾ ਪਕਾਉਣਾ ਤੁਸੀਂ ਸਮਾਨ ਤੁਹਾਡਾ ਇਹਦਾ ਪਕਾਵਾਂਗੇ ਅਸੀਂ ਖਾਵਾਂਗੇ ਵੀ ਅਸੀਂ ਯਾਰ ਫਿਰ ਮੈਂ ਤੁਸੀਂ ਕੋਡਾ ਕੋ ਦੁਆ ਕਰਿਓ ਚਲੋ ਠੀਕ ਹੈ ਮੈਂ ਦੁਆ ਕਰਾਂਗਾ ਅੱਲਾ ਸੁਣੇ ਵੱਧ ਜੇ ਫਿਰ ਮੈਂ ਖਾਵਾਂਗਾ ਇਨਸ਼ਾਅੱਲਾ ਅਤੇ ਭਾਈ ਆ ਹੁਣ ਜਾਣਾ ਮਸਜਿਦ ਦੇ ਵਿੱਚ ਹੀ ਹਾਂ ਅਤੇ ਹੁਣ ਇੰਝ ਕਰਨੇ ਆ ਵੀ 6-6 ਜਰਾ ਬੂਟੀਆਂ ਲਿਆਉਂਦੇ ਹਾਂ ਚੋਲ ਲਿਆਉਂਦੇ ਹਾਂ ਅਤੇ ਮਸਜਿਦ ਦੇ ਨਾਲ ਪਿੱਛੇ ਜਿਹੜਾ ਜਗ੍ਹਾ ਹੈ ਪਾਰਕਿੰਗ ਵਾਸਤੇ ਜਰਾ ਬਣਾਈ ਸੀ ਫਿਲਹਾਲ ਅੱਜ ਕੱਲ੍ਹ ਖਾਲੀ ਹੋਈ ਅਤੇ ਉੱਥੇ ਬਹਿ ਕੇ ਜਰਾ ਕੁਕਿੰਗ ਕਰਾਂਗੇ ਅਤੇ ਕੁਕਿੰਗ ਕਰਨਗੇ ਸਾਡੇ ਚਾਚਾ ਚੀਮਾ ਇਨਸ਼ਾਅੱਲਾ ਅਤੇ ਹੁਣ ਫਿਰ ਕੱਢੀਏ ਪਤੀਲਾ ਚਲੋ ਕਰੀਏ ਸਟਾਰਟ ਚਲੋ ਚਲੋ ਜੀ ਜਿਹੜੇ ਪਹਿਲਾਂ ਚੋਲ ਲਿਆਉਂਦੇ ਹਾਂ ਬਾਕੀ ਸਮਾਨ ਸਾਰਾ ਲਿਆ ਕੇ ਚਾਚੇ ਹੋਰ ਦੇਣਾ ਵਾ ਚਾਚੇ ਕੱਟਣਗੇ ਅਤੇ ਉਹਨਾਂ 'ਚ ਜਾ ਕੇ ਨਾ ਮੈਂ ਦੌੜ ਕੇ ਜਿਹੜੀ ਇੱਕ ਦੋ ਚੀਜ਼ ਘੱਟ ਉਹ ਲਿਆਵਾਂਗੇ ਨਾਲ ਮੈਂ ਬੂਟੀਆਂ ਲਿਆਵਾਂਗੇ ਜਾ ਕੇ ਠੀਕ ਹੈ ਆਓ ਫਿਰ ਜ਼ਰਾ ਕੱਢੋ ਕੀ ਕਰਨਾ ਜੀ ਇਹਦੇ ਵਿੱਚ ਨੱਪਿਆ ਪਤੀਲਾ ਪਤੀਲੇ ਹਾਂ ਰੱਖੇ ਨੇ ਦੋ ਪਤੀਲੇ ਰੱਖੇ ਨੇ ਹਾਂਜੀ ਪਲੇਟਾਂ ਰੱਖੀਆਂ ਨੇ 12-14 ਸਹੀ ਦਸਤਰਖਾਨ ਰੱਖਿਆ ਜਿਹਦੇ ਉੱਤੇ ਬਹਿ ਕੇ ਰੋਟੀ ਖਾਣੀ ਹੈ ਰੋਟੀ ਖਾਣੀ ਹੈ ਕਿ ਬੱਚੇ ਨੇ ਛੋਟੇ ਯਾਰ ਕੋਈ ਨਹੀਂ ਨਾਲ ਮਿੱਠਾ ਪਾਣੀ ਦੱਸ ਦੋ ਨਾਲ ਮਿੱਠਾ ਪਾਣੀ ਪੀਵਾਂਗੇ ਭਾਂਡੇ ਸੀ ਧੋ ਲਾਂਗੇ ਉਹਦੀ ਕੋਈ ਟੈਨਸ਼ਨ ਨਹੀਂ ਨਾਲ ਮਿੱਠਾ ਪਾਣੀ ਪੀਵਾਂਗੇ ਤੇ ਨਾਲ ਜਦੋਂ ਤਰਾਵੀਆਂ ਪੜ੍ਹਨ ਆਵਾਂਗੇ ਉਦੋਂ ਫੇਰ ਪੀਵਾਂਗੇ ਠੀਕ ਹੈ ਹਰ ਦੋ ਤਰਾਵੀਆਂ ਤੋਂ ਬਾਅਦ ਮਿੱਠੇ ਪਾਣੀ ਦਾ ਇੱਕ ਲਾਸ ਹੈ ਹੈ ਚਾਚਾ ਜੀ ਸਾਡੀ ਇੱਧਰ ਪਹਿਲਾਂ ਸੁਣੋ ਇੱਕ ਵਾਰੀ ਮੈਨੂੰ ਆਪੇ ਯਾਦ ਹੈ ਪਤੀਲਾ ਕੱਢ ਚਲੋ ਕੱਢੋ ਫਿਰ ਪਤੀਲਾ ਪਾਈ ਤੁਸੀਂ ਪਹਿਲਾਂ ਪਤੀਲਾ ਕੱਢੋ ਮਾਵੀ ਸਾਹਿਬ ਪਾਣੀ ਵਾਲਾ ਸਾਰਾ ਇੰਤਜ਼ਾਮ ਤੁਹਾਡੇ ਪੱਲੇ ਹੈ ਗਲਾਸ ਧਵਾਣੇ ਸਭ ਕੁਛ ਤੂੰ ਕਰਨਾ ਓਕੇ ਠੀਕ ਹੈ ਅਤੇ ਭਾਈ ਆਹ ਇਹ ਪਤੀਲਾ ਜੀ ਜਿਹਦੇ ਵਿੱਚ ਚੋਲ ਪਕਾਵਾਂਗੇ ਚਾਚਾ ਜੀ ਹੁਣ ਮੈਨੂੰ ਦੱਸੋ ਕਿੰਨੇ ਕਿਲੋ ਚੋਲ ਲੈ ਕੇ ਆਵਾਂ ਅਤੇ ਕਿੰਨੇ ਕਿਲੋ ਬੋਟੀਆਂ ਲੈ ਕੇ ਆਵਾਂ ਇੱਕ ਵਾਰੀ ਦੱਸਿਓ ਜ਼ਰਾ ਉਹਨਾਂ ਨੂੰ ਮੂੰਹ ਕਰਕੇ 4 ਕੋਲ ਚੋਲ ਲਿਆ ਬੋਟੀਆਂ ਬੜੀਆਂ ਨੇ ਯਾਰ 2 ਕਿਲੋ ਬੋਟੀਆਂ ਠੀਕ ਹੋ ਗਿਆ ਇਹ ਕਿੰਨੇ 4 ਹੈ ਅਤੇ 2 ਕਿਲੋ ਬੋਟੀਆਂ ਚਲੋ ਜੀ ਲੈ ਕੇ ਫਟਾਫਟ ਭਾਈ ਆਹ ਚਾਚੀ ਮੈਨੂੰ ਜਰਿੰਦਰ ਸਮਾਨ ਕੱਢਣ ਡੇ ਨੇ ਪਕਾਉਣ ਵਾਸਤੇ ਮੈਂ ਦੌੜ ਕੇ ਇਹ 4 ਕੋਲ ਲਿਆਉਣੇ ਨੇ ਚੋਲਾਂ ਦੇ ਉਹ ਲੈ ਕੇ ਆਉਂਦਾ ਵਾਂ ਅਤੇ ਬਾਕੀ ਜਰਾ ਪਿਆਜ਼ ਵਗੈਰਾ ਟਮਾਟਰ ਵਗੈਰਾ ਸਾਰੇ ਚੀਜ਼ਾਂ ਲਿਆ ਕੇ ਦੇਣਾ ਵਾ ਉਹਦੇ ਬਾਅਦ ਫਿਰ ਮੈਂ ਬੋਟੀਆਂ ਲੈਣ ਜਾਵਾਂਗਾ ਭਾਈ ਆਹ ਮੈਂ ਜਿਹੜਾ ਕੋਲ ਲੈ ਕੇ ਆਇਆ ਹਾਂ ਪਰ ਬੋਹਣ ਇਹਦੇ ਨਾਲ ਮਿਣ ਕੇ ਦਿੱਤੇ ਜੇ 2 ਇਹ ਮਿਣ ਕੇ ਦਿੱਤੇ ਨੇ ਅਤੇ ਪਾਣੀ ਵੀ ਜਿਹੜਾ ਨਾ ਇਹ 2 ਪਾਣੀ ਨੇ ਮਤਲਬ ਪਾਣੀ ਦਾ ਕੋਈ ਹਿਸਾਬ ਕਿਤਾਬ ਹੁੰਦਾ ਨਾ ਅਤੇ ਤਾਂ ਵਾਸਤੇ ਇਹ ਭਾਂਡਾ ਉਹ ਭਾਂਡਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਨਾਲ ਮਿਣ ਕੇ ਚੋਲ ਖੜਨੇ ਨੇ 4 ਕੁ ਕਿਲੋ ਚੋਲ ਹੋ ਗਏ ਅਤੇ ਹੁਣ 2 ਕਿਲੋ ਬੋਟੀਆਂ ਖੜਨੀਆਂ ਪੈਣੀਆਂ ਬਾਕੀ ਜਿਹੜੇ ਹਰੇ ਮਸਾਲਿਆਂ ਦੇ ਵਿੱਚ ਸਾਡੇ ਕੋਲ ਜਿਹੜੇ ਨੇ ਉਹ ਆ ਜੇ ਗੰਢੇ ਟਮਾਟਰ ਅਤੇ ਮਿਰਚਾਂ ਅਤੇ ਬਾਕੀ ਹੋਰ ਕੀ ਚਾਹੀਦਾ ਘਿਓ ਚਾਹੀਦਾ ਉਹ ਮੈਂ ਜ਼ਰਾ ਕੱਢ ਲਾਂ ਘਿਓ ਦਾ ਪੈਕਟ ਵੀ ਆ ਗਿਆ ਅਤੇ ਬਾਕੀ ਜਿਹੜੀ ਹੋਰ ਕੋਈ ਚੀਜ਼ ਚਾਹੀਦੀ ਹੋਏਗੀ ਨਾਲ ਹੀ ਘਰ ਆ ਆਪਣਾ ਆ ਕੇ ਮੈਂ ਲੈ ਜਾਵਾਂਗਾ ਜੇ ਕਰਨਾ ਇਹਦੇ ਰੱਖ ਕੇ ਅਤੇ ਲਾਇਆ ਸਾਰਾ ਸਮਾਨ ਚੁੱਕ ਕੇ ਅਤੇ ਮੈਂ ਲੈ ਗਿਆ ਸਿਲੰਡਰ ਨਹੀਂ ਡਿੱਗਦਾ ਸਿਲੰਡਰ 'ਤੇ ਮੈਂ ਲੈ ਗਿਆ ਸਾਰਾ ਸਮਾਨ ਠੀਕ ਹੈ ਆ ਜਾ ਚਾਚੀ ਮੇਨ ਦੇ ਕੱਟਣ ਹੋਣਾ ਚਿਰ ਅਤੇ ਇਹ ਚੁੱਲ੍ਹਾ ਲੈ ਕੇ ਚੱਲੇ ਜੇ ਜਿਹਦੇ 'ਤੇ ਪਕਾਉਣੀ ਹੈ ਬਿਰਿਆਨੀ ਸਹੀ ਹੋ ਗਿਆ ਬਾਕੀ ਸਿਲੰਡਰ ਅੱਜ ਰਾਤ ਚੁੱਲ੍ਹਾ ਆ ਬੋਰੀ ਲੈ ਕੇ ਚੱਲੇ ਨੇ ਅਤੇ ਮੈਂ ਸਿਲੰਡਰ ਲੈ ਕੇ ਆਉਂਦਾ ਵਾ ਲੈ ਜਾਓ ਤੁਸੀਂ ਸਿਲੰਡਰ ਜਿਹੜਾ ਥੱਲੜੇ ਕਿਚਨ 'ਚ ਪਿਆ ਜੇ ਇੱਥੇ 100 ਖਲਾਲਾ ਪਿਆ ਚੈੱਕ ਕਰੋ ਇੱਥੇ ਪਿਆ ਸੀ ਹੁਣ ਇੱਥੋਂ ਲੈਣਾ ਆ ਮੈਂ ਕਿਚਨ ਨੂੰ ਅਸੀਂ ਸਟੋਰ ਰੂਮ ਬਣਾਇਆ ਫਿਲਹਾਲ ਚੰਗਾ ਭਾੜਾ ਜੀ ਸਿਲੰਡਰ ਵੀ ਜਿਹੜਾ ਮੈਂ ਥੱਲੇ ਲੈਣ ਦਾ ਜੇ ਆਏ ਹੋਏ ਵੇਖੋ ਮਸਜਿਦ ਦੀ ਸਾਈਡ 'ਚ ਨਾ ਪਾਰਕਿੰਗ ਦੀ ਜਗ੍ਹਾ ਹੈ ਅਤੇ ਇੱਥੇ ਪਾਰਕਿੰਗ ਪੂਰਕਿੰਗ ਕੋਈ ਕਰਦਾ ਨਹੀਂ ਇੰਨਾ ਖਾਲੀ ਪਈ ਹੈ ਤੁਸੀਂ ਆਖਿਆ ਇੱਥੇ ਬੈਗ ਜਰਾ ਕੁਕਿੰਗ ਸ਼ੁਕਿੰਗ ਕਰਨੇ ਆ ਅਤੇ ਕੋਈ ਡਿਸਟਰਬ ਨਹੀਂ ਕਰੇਗਾ ਦੂਸਰੇ ਜਰਾ
ਪਿੱਛੇ ਜਰਾ ਚੈੱਕ ਕਰੋ ਨਾ ਵਿਊ ਮਾਸ਼ਾਅੱਲਾ ਪਿਆਰਾ ਆਏਗਾ ਭਾਈ ਆ ਇਧਰ ਜਰਾ ਭਾਂਡੇ ਤੋਂ ਭਾਂਡੇ ਜੇ ਚੱਲ ਚੀਮਾ ਹੋਰੀ ਜਰਾ ਕੱਟਣ ਦੇ ਨੇ ਆਪਣੇ ਗੰਢਾ ਪਿਆਜ਼ ਤੇ ਮਸਾਲੇ ਬਾਕੀ ਆ ਮੁੰਡਾ ਜਰਾ ਝੋਲ ਧੋਣ ਡਿਆ ਸਾਫ਼ ਕਰਨ ਡਿਆ ਅੱਜ ਮਿੱਠਾ ਪਾਣੀ ਵੀ ਬਣੇਗਾ ਤੇ ਮਿੱਠੇ ਪਾਣੀ ਵਾਸਤੇ ਜਰਾ ਧੁਪਣ ਡਿਆ ਜੇ ਉਹ ਦੇਖ ਚਾ ਤੇ ਬਾਕੀ ਆ ਮੁੰਡਾ ਜਰਾ ਧੋਣ ਡਿਆ ਜੱਗ ਸ਼ੱਗ ਮਿੱਠੇ ਪਾਣੀ ਵਾਸਤੇ ਆ ਫਿਰ ਯੂੰ ਗਿਆ ਤੇ ਯੂੰ ਬੋਟੀਆਂ ਲੈ ਕੇ ਆਇਆ ਨਾਲ ਬਿਰਿਆਨੀ ਮਸਾਲਾ ਤੇ ਨਾਲ ਇਮਲੀ ਲੈ ਆਵਾਂ ਹਲਦੀ ਲੈ ਆਵਾਂ ਹਲਦੀ ਠੀਕ ਹੋ ਗਿਆ ਹਲਦੀ ਮਿਰਚਾਂ ਉਹ ਤਾਂ ਮੈਂ ਲੈ ਕੇ ਨਹੀਂ ਆਇਆ ਯਾਰ ਚਲੋ ਵੀ ਮੈਂ ਇੱਕ ਮਿੰਟ ਉਹ ਘਰੋਂ ਉਹ ਘਰ ਹੀ ਹੋਣੀਆਂ ਨੇ ਭਾਈ ਉਹਨਾਂ ਲੂਣ ਮਿਰਚਾਂ ਵਾਲੇ ਡੱਬੇ ਜਿਹਾ ਖਾਣ ਲੱਗੇ ਅਲਾ ਅਲਾ ਚਲ ਅਸੀਂ ਦੌੜ ਕੇ ਲੈ ਕੇ ਆਏ ਉਹ ਗੋਸ਼ਤ ਤੇ ਉਹ ਮਸਾਲੇ ਅੱਛਾ ਯਾਰ ਇਸ ਟਾਈਮ ਅਸੀਂ ਵਾਗੀ ਆ ਗਏ ਜੇ ਤੇ ਇੱਥੋਂ ਜਿਹੜਾ ਨਾ ਗੋਸ਼ਤ ਲੈ ਕੇ ਜਾਂਦੇ ਹਾਂ ਇਹ ਸਾਹਮਣੇ ਗੋਸ਼ਤ ਵਾਲੀ ਦੁਕਾਨ 2 ਕਿਲੋ ਕਰ ਦਿਓ ਭਾਈ ਆ ਗੋਸ਼ਤ ਤੋਂ ਕਹਿ ਦਿੱਤਾ ਭਾਈ ਯਾਰ ਕਹਿੰਦੇ ਨੇ ਮੈਂ ਘਰ ਛੱਡਣਾ ਵਾ ਉਹਨਾਂ ਚਿਰ ਜਾ ਕੇ ਨਾ ਸਾਹਮਣੇ ਦੁਕਾਨ ਤੋਂ ਮਸਾਲੇ ਲੈ ਆਈਏ ਜਿਹੜਾ ਚੌਲ ਪਕਾਉਣ ਵਾਸਤੇ ਬਿਰਿਆਨੀ ਪਕਾਉਣ ਵਾਸਤੇ ਪਲਾਓ ਪਕਾਉਣ ਵਾਸਤੇ ਇੱਕ ਤਾਂ ਲੈਣਾ ਬਿਰਿਆਨੀ ਮਸਾਲਾ ਉਹ ਕਿੱਥੇ ਪਿਆ ਹੋਰ ਕੀ ਵਿੱਚ ਪੈਣਾ ਭਾਈ ਆ ਚੌਲਾਂ 'ਚ ਪਾਉਣ ਵਾਸਤੇ ਜਿਹੜਾ ਨਾ ਇਮਲੀ ਵੀ ਖੜਨੀ ਅਸੀਂ ਇਹਦੇ ਨਾਲ ਸਵਾਦ ਵੱਧ ਜਾਂਦਾ ਨਾਲ ਮਾਸਾ ਵੱਧ ਲੈ ਜਾਂਦੇ ਹਾਂ ਰੋਜ਼ ਜਾਂ ਜਾਪੀ ਭਾਵੇਂ ਬਣਾ ਬਣਾ ਪੀਵਾਂ ਕਰਾਂਗੇ ਚਲੋ ਜੀ ਵਧਾ ਰਿਹਾ ਸਵਾਦ ਮਸਾਲੇ ਸਾਨੂੰ ਦੋ ਹੀ ਚਾਹੀਦੇ ਹਨ ਬਾਕੀ ਸਾਡੇ ਘਰ ਪਏ ਨੇ ਸਾਰੇ ਮਸਾਲੇ ਖੋਲਿਓ ਜਰਾ ਆ ਗੋਸ਼ਤ ਵੀ ਲੈ ਲਿਆ ਜੇ ਭਾਈ ਆ ਗੋਸ਼ਤ ਵੀ ਲੈ ਲਿਆ ਇੱਕ ਦੋ ਮਸਾਲੇ ਜਰਾ ਘੱਟ ਹਨ ਉਹ ਵੀ ਲੈ ਲੈ ਨੇ ਹੁਣ ਚੱਲੀਏ ਘਰ ਤੇ ਜਾ ਕੇ ਚੀਮੇ ਕੋ ਜਰਾ ਕੋ ਪਕਵਾਈਏ ਬਿਰਿਆਨੀ ਭਾਈ ਆ ਇਮਲੀ ਗੋਸ਼ਤ ਤੇ ਆ ਬਿਰਿਆਨੀ ਮਸਾਲਾ ਲੈ ਕੇ ਸਿਆ ਗਿਆ ਤੇ ਛੇ ਦੀ ਖੜੀਏ ਜਾ ਕੇ ਵੇਖਨੇ ਕੀ ਕਹਿਤਾ ਨੇ ਜਿਤਾ ਕੇ ਹੁੰਦਿਆਂ ਨੂੰ ਆ ਮੁੰਡੇ ਜਰਾ ਹਜੇ ਵੀ ਗਲਾਸ ਗਲੂਸ ਧੋਣ ਦੇ ਜੇ ਅਈ ਕੋਲ ਮੈਂ ਆ ਕੇ ਧੋਣਾ ਵੈ ਨਾ ਇੱਥੇ ਪਿਆ ਰਿਹਾ ਠੀਕ ਹੈ ਧਿਆਨ ਰੱਖਿਓ ਚਾਚਾ ਕੀ ਕੀਤਾ ਜੇ ਹੁੰਦਿਆਂ ਨੂੰ ਸਾਰਾ ਕੁਝ ਕਰ ਲਿਆ ਰੈਡੀ ਹੋ ਗਿਆ ਕੰਮ ਅੱਗ ਤੇ ਲਾਈ ਨਹੀਂ ਤੁਸੀਂ ਯਾਰ ਸਾਡੇ ਹੁੰਦਿਆਂ ਨੂੰ ਕੋਈ ਹਾਲ ਨਹੀਂ ਤੁਹਾਡਾ ਜਾਜ਼ ਨਹੀਂ ਖੁੱਲਾ ਆਇਆ ਜੀ ਉਹ ਰਾਣਾ ਸਾਹਿਬ ਕੀ ਹਾਲ ਠੀਕ ਹੋ ਰਾਣਾ ਸਾਹਿਬ ਅੱਜ ਫਿਰ ਬੋਟੀਆਂ ਚੱਲਣ ਗਈਆਂ ਕੀ ਖਿਆਲ ਹੈ ਵੇਖ ਲਓ ਸਾਨੂੰ ਤੂੰ ਲਿਫਟ ਹੀ ਨਹੀਂ ਕਰਾਉਂਦਾ ਮੂੰਹ ਪਹਿਲਾਂ ਨੂੰ ਕਰ ਲਿਆ ਤੇ ਆਪੀ ਕੰਮ ਲੱਗੇ ਆ ਤੁਸੀਂ ਯਾਰ ਤੂੰ ਫਿਰ ਵੇਖ ਲਾ ਤੁਸੀਂ ਸਾਨੂੰ ਲਿਫਟ ਨਹੀਂ ਕਰਾਉਂਦਾ ਗੱਲ ਚੰਗੀ ਨਹੀਂ ਆਪੀ ਕੰਮ ਲੱਗੇ ਆ ਤੁਸੀਂ ਭਈਆ ਹੁਣ ਜਰਾ ਸਭ ਤੋਂ ਪਹਿਲਾਂ ਘਿਓ ਪਾਉਣ ਲੱਗੇ ਜੇ ਪਤੀਲੇ ਦੇ ਵਿੱਚ ਬਿਰਿਆਨੀ ਪਕਾਉਣ ਵਾਸਤੇ ਇਹ ਸਾਰਾ ਕੁਝ ਚਾਚੀ ਮੈਨੂੰ ਕਰਨ ਦਿਓ ਚਾਚੀ ਮੈਨੇ ਕਿਹਾ ਸੀ ਮੈਂ ਕਰਾਂਗਾ ਹੈਲੋ ਜੀ ਸਭ ਤੋਂ ਪਹਿਲਾਂ ਚੱਲਾ ਜੇ ਘਿਓ ਘਿਓ ਆ ਗਿਆ ਜੀ ਹਾਂਜੀ ਅੱਧਾ ਪਾਇਓ ਆਪੀ ਸਾ ਆਪਣੇ ਹਿਸਾਬ ਨਾਲ ਦੱਸਿਓ ਬਾਅਦ ਚ ਭਾਵੇਂ ਕੋ ਵੀ ਆਪਣੀ ਮਰਜ਼ੀ ਤੁਸੀਂ ਕੀਤੀ ਤਾਂ ਸਹੀ ਪੱਕੀ ਠੀਕ ਹੋ ਗਿਆ ਇਹ ਕਿਉਂ ਆ ਗਿਆ ਜੀ ਕਿਥੇ ਦੇਖ ਕੇ ਵਿੱਚ ਅੱਛਾ ਇਹ ਬੋਟੀਆਂ ਧੋਪਦੀਆਂ ਨੇ ਪਈਆਂ ਹਾਂਜੀ ਬੋਟੀਆਂ ਤੇ ਆਇਆ ਮੈਂ ਧੋਣ ਵਾਸਤੇ ਧੋਪ ਕੇ ਆ ਜਾਂਦੀਆਂ ਨੇ ਆਪੇ ਫੇਰ ਪਾਵਾਂਗੇ ਕੀ ਵਿੱਚ ਪਹਿਲਾਂ ਗੰਢੇ ਪਾਣੇ ਬੋਟੀਆਂ ਪਹਿਲਾਂ ਗੰਢੇ ਪਹਿਲਾਂ ਗੰਢੇ ਫੇਰ ਮਿਰਚ ਮਸਾਲੇ ਫੇਰ ਉਸ ਤੋਂ ਬਾਅਦ ਬੋਟੀਆਂ ਫੇਰ ਉਸ ਤੋਂ ਬਾਅਦ ਚਾਵਲ ਫੇਰ ਫੇਰ ਪੱਕ ਗਈ ਬਿਰਿਆਨੀ ਫੇਰ ਪਾਣੀ ਤੇ ਦੱਸਿਆ ਹੀ ਨਹੀਂ ਨਹੀਂ ਜੇ ਤੇ ਪਾਣੀ ਚੌਲਾਂ 'ਚ ਪਾਇਆ ਤੇ ਚੌਲਾਂ ਦਾ ਕੀ ਫਾਇਦਾ ਅੱਛਾ ਪਾਣੀ ਅਸੀਂ ਉਂਝ ਮਿੱਠਾ ਵੱਖਰਾ ਬਣਾਉਣ ਲੱਗੇ ਆ ਬਾਅਦ 'ਚ ਇੱਕ ਘੁੱਟ ਪਾਣੀ ਬਣਾਉਣ ਦੇਣੇ ਇੱਕ ਬੁਰਕੀ ਨਾਲ ਇਮਲੀ ਲੈ ਕੇ ਸਕੇ ਜ਼ਰਾ ਜ਼ਾਇਕਾ ਵਧੇਗਾ ਆਖਿਆ ਸੀ ਆਲੂ ਬਖਾਰਾ ਵਧੇਰਾ ਵਿੱਚ ਪਾ ਲਿਓ ਆਲੂ ਬਖਾਰਾ ਤੁਸੀਂ ਕਿਹਾ ਹੀ ਨਹੀਂ ਹੁਣ ਕੀ ਕਰੀਏ ਚੱਲੇਗਾ ਕੰਮ ਚੱਲੇਗਾ ਚੱਲੇਗਾ ਕਿ ਦੌੜੇਗਾ ਨਹੀਂ ਬਾਅਦ ਨੂੰ ਜੇ ਕਹਿੰਦੇ ਤਾਂ ਲੈ ਆਉਣੇ ਬਾਅਦ ਆ ਨਾ ਕਿ ਉਹ ਆਲੂ ਬਖਾਰਾ ਨਹੀਂ ਤਾਂ ਨਹੀਂ ਸਵਾਦੀ ਬਣੀ ਕਿਸਤਰੀ ਬਣੇ ਦੀ ਅੱਛਾ ਫੇਰ ਠੀਕ ਹੈ ਮੈਂ ਨਾ ਇਮਲੀ ਦੇਖ ਕੇ ਕਈਆਂ ਮੰਨਿਆਂ ਦੇ ਮੂੰਹ ਵਿੱਚੋਂ ਪਾਣੀ ਆਉਂਦਾ ਪਿਆ ਹੋ ਵਿਕਰਾ ਲਾ ਸੁੱਟਣ ਡਿਆ ਤਾਂ ਇਹ ਤੇਰਾ ਰੜੀ ਗਈ ਹੈ ਇਹ ਇਮਲੀ ਆ ਨਹੀਂ ਯਾਰ ਇਮਲੀ ਹੈ ਉਹ ਵਾਕਈ ਹੋਇਆ ਦੀ ਇਮਲੀ ਹੈ ਬਲਾਵਲਾ ਛੱਡਿਆ ਕਰ ਉਹ ਤੂੰ ਮੂੰਹ ਫਾੜ ਕੇ ਰੱਖੀ ਕਿਤੇ ਰੋਡ ਤੇ ਸਾਰਾ ਹੈਲੋ ਜੀ ਚਲ ਬੋਲਣਾ ਸੀ ਤੁਸੀਂ ਯਾਰ ਦੱਸੋ ਯਾਰ ਕੀ ਹੋਣ ਡਿਆ ਜਨਾਬ ਬਿਰਿਆਨੀ ਪਕਾ ਰਹੇ ਹਾਂ ਹਾਂਜੀ ਇਹ ਬਿਰਿਆਨੀ ਕਰਾਚੀ ਵਾਲੇ ਆਉਂਦੇ ਨੇ ਬੜੀ ਸਾਡੀ ਮਸ਼ਹੂਰ ਬਿਰਿਆਨੀ ਹੈ ਹਾਂਜੀ ਲੇਕਿਨ ਜਿਹੜਾ ਜਿਹੜਾ ਅੱਜ ਖਾਏ ਦਾ ਨਾ ਹਾਂਜੀ ਉਹਨੂੰ ਪਤਾ ਲੱਗੇਦਾ ਕਿ ਕਰਾਚੀ ਵਾਲੀ ਬਿਰਿਆਨੀ ਨਾਲ ਅੱਛੀ ਬਿਰਿਆਨੀ ਹੈ ਕਿ ਉਹ ਅੱਛੀ ਹੈ ਅੱਜ ਚੀਮੇ ਦੀ ਬਿਰਿਆਨੀ ਹੈ ਪਤਾ ਲੱਗ ਜਾਏਗਾ ਜੀ ਲੋਕਾਂ ਨੂੰ ਲੱਗ ਜਾਏ ਤਾਂ ਪਤਾ ਹਾਂਜੀ ਚਲੋ ਜੀ ਅਸੀਂ ਬੜੀ ਵਾਰੀ ਬਿਰਿਆਨੀ ਪਕਾਈ ਹੈ ਓਏ ਹੋਏ ਸਾਨੂੰ ਕੋਈ ਨਹੀਂ ਪਕਾਉਂਦਾ ਓ ਜਾ ਲੈ ਜਵਾਨੀ ਜਿਹਦੀ ਪਕਾਈ ਸੀ ਓਏ ਹੋਏ ਇੱਕ ਵਾਰੀ ਬਿਰਿਆਨੀ ਪਕਾਈ ਯਾਰ ਓਏ ਹੋਏ 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 ਉਹ ਪੱਕ ਗਏ ਸਹੀ ਫੇਰ ਮਿੱਠੇ ਚੌਲ ਲਗੇ ਪਕਾਉਣ ਫੇਰ ਉਹ ਦੇਗ ਉਲਟਾਈ ਉਹ ਚੌਲ ਹੀ ਰੁੜ ਗਏ ਫੇਰ ਫੇਰ ਉਹਨਾਂ ਨੂੰ ਮਿੱਟੀ ਲੱਗ ਗਈ ਫੇਰ ਦੁਬਾਰਾ ਨਵੀਂ ਦੇਗ ਪਕਾਉਣੀ ਪੈ ਚਲੋ ਕੋਈ ਨਹੀਂ ਵਾਦੇ ਕਰਨ ਨਾਲ ਉਹ ਬੱਚਾ ਇੱਕ ਉਹਨੇ ਇਸ ਤਰ੍ਹਾਂ ਹੱਥ ਮਾਰ ਦਿੱਤਾ ਉਹ ਦੇਗ ਪੁੱਠੀ ਹੋ ਗਈ
ਚਾਹੇ ਨਾ ਜਵਾਨੀਆਂ ਯਾਦ ਕਰਾਓ ਯਾਰ ਬੜੇ ਬੜੇ ਕੰਮ ਕੀਤੇ ਜਵਾਨੀਆਂ ਸਹੀ ਗੱਲ ਹੈ ਹੋਏ 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 ਚਾਹੇ ਯਾਰ ਜੀ ਦੋ ਦੇਗਾਂ ਪਕਾਈਆਂ ਹਨ ਉਹ ਸਾਡੇ ਪਿੰਡ ਦਿਆਂ ਨੇ ਤੁਸੀਂ ਤੇ ਮੈਂ ਹੀ ਖਾਏ ਹਾਂ ਜਾ ਕੇ ਸਾਰੀ ਬਾਹ ਭੁੱਖੀ ਮਰ ਗਈ ਹੋਏ ਹੋਏ ਜਵਾਨੀਆਂ ਹੀ ਯਾਦ ਆ ਗਈਆਂ ਅੱਜ ਤੇ ਹੈਲੋ ਮੈਂ ਕਿਹੜਾ ਭੁੱਕਾ ਮਾਰਨ ਡੇ ਨੇ ਥੱਲੇ ਰੋਜ਼ਾ ਰੱਖਿਆ ਈ ਸਵਾਬ ਹੋਏਗਾ ਜਦੋਂ ਵੀ ਤਾਕਤ ਹੋ ਸ਼ਾਬਾਸ਼ ਸ਼ਾਬਾਸ਼ ਜਾ ਤੁਸੀਂ ਕੋਈ ਕੰਮ ਕਰ ਲਿਆ ਕਰ ਵਿਹਲਿਆ ਨੇ ਕੰਮਿਆ ਭਾਈਆ 5:37 ਮਿੰਟ ਹੋ ਗਏ ਜੇ 6:22 ਮਿੰਟ ਚ ਰੋਜ਼ਾ ਖੋਲਦਾ ਟਾਈਮ ਸਾਡੇ ਕੋਲ ਥੋੜਾ ਹੈ ਤੇ ਕੰਮ ਸਾਡੇ ਕੋਲ ਬਹੁਤਾ ਹੈ ਬਿਰਿਆਨੀ ਵੀ ਇਨਸ਼ਾਅੱਲਾ ਤਿਆਰ ਹੈ 6:10 ਮਿੰਟਾਂ ਚ ਇਨਸ਼ਾਅੱਲਾ ਚਲੋ ਠੀਕ ਹੈ ਫਿਰ ਐਡੀ ਲੇਟ ਚਮਚਾ ਚਾਚੇ ਦੇ ਹੱਥ ਸਹੀ ਮਜ਼ਾਕ ਨਹੀਂ ਕਰਨਾ ਸਾਡੇ ਚਾਚੇ ਨੂੰ ਚਮਚਾ ਹੱਥ ਜੇ ਵਿਆਵੇਂ ਕਿਤੇ ਮਾਰਾਂਗੇ ਖਿੱਚ ਕੇ ਬੁਕਿੰਗ ਕਰਦਾ ਮੈਂ ਹਾਂ ਦੱਸੋ ਜੀ ਇਹ ਭਾਜੀ ਇਹ ਪਿਆਜ਼ ਵਿੱਚ ਚੋ ਗਰਮ ਹੋ ਗਿਆ ਹੁਣ ਪਿਆਜ਼ ਨਹੀਂ ਆ ਚੋਲ ਹੋਇਆ ਲੈ ਬਈ ਛੋਟ ਕੇ ਤਈ ਪਿਆਜ਼ ਜਨਾਬ ਸਾਡੇ ਪਿੰਡ ਇਹਨਾਂ ਨੂੰ ਗੰਡੇ ਆਂਦੇ ਜੇ ਅੱਛਾ ਕਿਸੇ ਹੋਰ ਨਾ ਦੱਸਿਓ ਨਹੀਂ ਨਹੀਂ ਕਿਸੇ ਨੇ ਨਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਹਾਂਜੀ ਕਾਰੀਗਰ ਤੁਸੀਂ ਹੋ ਜਾਂ ਮੇਰੇ ਬੋਰ ਹੀ ਨੇ ਦੋਏ ਆ ਉਹ ਤੁਹਾਨੂੰ ਕਹਿ ਰਹੇ ਦੱਸੋ ਵਿੱਚ ਗੰਡੇ ਪਾਲ ਲੱਗੇ ਆ ਤੁਸੀਂ ਆਪ ਹੀ ਕਹਿੰਦੇ ਦੱਸਦੇ ਨਹੀਂ ਉਹਨੇ ਪੁੱਛਿਆ ਕਿ ਘਿਓ ਗਰਮ ਹੋਇਆ ਕਿ ਨਹੀਂ ਹੋਇਆ ਅੱਛਾ ਉਹ ਪੁੱਛਣ ਨੇ ਪਾ ਦਈਏ ਕਿ ਨਾ ਪਾਈਏ ਗੰਡੇ ਅੱਛਾ ਉਹ ਠੰਡੇ ਘਿਓ ਵਿੱਚ ਪਾ ਦਈਏ ਮੈਂ ਵੀ ਆਖਾਂ ਵੀ ਚਾਚੇ ਜੀ ਮੇਰੇ ਨਾਲ ਪੁੱਛਦੇ ਪਏ ਨੇ ਨਹੀਂ ਉਹ ਅਸਲ 'ਚ ਘਿਓ ਨਹੀਂ ਨਾ ਉਹਨਾਂ ਦੀ ਨਜ਼ਰ ਅੱਪੜੀ ਉੱਥੇ ਤੱਕ ਸਹੀ ਹੈ ਘਿਓ ਗਰਮ ਹੋਏਦਾ ਫਿਰ ਗੰਡੇ ਪੈਣ ਤੇ ਫਿਰ ਅੱਛਾ ਰੰਗ ਨਿਕਲਦਾ ਹਾਂ ਮਾਸ਼ਾਅੱਲਾ ਅੱਜ ਚਾਚਾ ਜੀ ਇਸ ਦਾਛਣ ਨਾਲ ਲੋਕਾਂ ਨੂੰ ਪਕਾਈ ਦੀ ਕਿਵੇਂ ਬਿਰਿਆਨੀ ਦਾਛਣਾਂ ਨੇ ਇਨਸ਼ਾਅੱਲਾ ਇਹ ਲੋਕੀ ਵੇਖਣਦੇ ਤੇ ਫਿਰ ਖਾਣ ਦੇ ਤੇ ਪਤਾ ਲੱਗੇਗਾ ਹਾਂ ਗੰਡੇ ਵਿੱਚ ਪਾ ਕੇ ਰੱਖ ਤਾ ਢੱਕਣ ਮਾਤਾ ਤੁਹਾਨੂੰ ਉਦਾਂ ਚ ਜਾ ਕੇ ਅੰਦਰ ਦੇ ਨਜ਼ਾਰੇ ਬਹਾਨ ਅੰਦਰ ਗੋਸ਼ ਧੋਣ ਦੇ ਮੁੰਡੇ ਪਾਣੀ ਪਾਣ ਲੱਗੇ ਉਹ ਚਾਚਾ ਜੀ ਆਹ ਦੱਸਿਓ ਜਰਾ ਪਾਣੀ ਪਾਣ ਲੱਗੇ ਲਾਲ ਹੋਏਗਾ ਪਿਆਜ਼ ਥੱਲੇ ਧਰ ਦੇ ਪੁੱਤਰ ਇਹ ਕਦ ਵਾਸਤੇ ਮੰਗਾਇਆ ਮੈਂ ਜਰਾ ਇਹ ਹਰੀਆਂ ਮਿਰਚਾਂ ਤੇ ਟਮਾਟਰ ਜਿਹਾ ਧੋ ਲਿਆਂਦੇ ਜੀ ਤੇ ਸੇਬ ਨੇ ਗੋਸ਼ਤ ਧੋ ਲਿਆਂਦਾ ਤੇ ਬਾਕੀ ਚਾਚੀ ਮੇਰੇ ਲੱਗੇ ਨੇ ਆਪਣਾ ਫੁੱਲ ਜ਼ੋਰਾਂ ਦੇ ਨਾਲ ਚਾਚਾ ਰੋ ਜਾ ਕੇ ਨਿੰਨੂ ਨਾ ਬਰੋਣ ਕਰਦੇ ਲੰਘ ਜੇ ਟੂਟੀਆਂ ਭਾਈ ਆਹ ਟਾਈਮ ਮਗਰ ਰਹਿ ਗਿਆ ਅੱਧਾ ਘੰਟਾ ਤੇ ਜਿਹੜਾ ਸਾਡੇ ਦਾ ਚੁੱਲ੍ਹਾ ਹੈ ਨਾ ਇਹ ਸੇਕਾਂ ਨਹੀਂ ਬਹੁਤਾ ਦੇਣ ਡਿਆ ਤਸਲੇ ਨੂੰ ਤੇ ਇਹਦੀ ਵਜ੍ਹਾ ਨਾਲ ਜਲਦੀ ਸਾਡੀ ਬਿਰਿਆਨੀ ਨਹੀਂ ਪੱਕਣੀ ਤੇ ਸਾਡੇ ਜਿਹੜਾ ਨਾ ਸਾਹਮਣੇ ਜਿਹੜਾ ਘਰ ਨਾ ਉਹ ਵਾਲਾ ਉਹਨਾਂ ਕੋਲ ਹੈ ਵੱਡਾ ਚੁੱਲ੍ਹਾ ਤੇ ਸਿਲੰਡਰ ਸਾਡੇ ਕੋਲ ਹੈ ਉਹਨਾਂ ਕੋਲ ਚੁੱਲ੍ਹਾ ਲਿਆ ਕੇ ਸਿਲੰਡਰ ਚਲਾ ਕੇ ਜਿਹੜਾ ਅਸੀਂ ਬਿਰਿਆਨੀ ਪਕਾ ਲੈਂਦੇ ਹਾਂ ਉਹ ਜੇ ਮੈਂ ਵੀਡੀਓ ਬਣਾਉਣਾ ਵਿੱਚ ਬੋਲ ਜਾਣਾ ਕਰੋ ਯਾਰ ਫਿਰ ਤੁਹਾਡੀ ਆਵਾਜ਼ ਜਾਂ ਤੁਸੀਂ ਭੌਂਕ ਲਿਆ ਕਰੋ ਜਾਂ ਮੈਨੂੰ ਭੌਂਕਾ ਲਿਆ ਕਰੋ ਉਹ ਥੋੜੀ ਮੂੰਹ ਨਿਕਲ ਗਿਆ ਜਾਂ ਮੈਨੂੰ ਬੋਲ ਲੈਣਾ ਕਰੋ ਜਾਂ ਤੁਸੀਂ ਬੋਲ ਚੁੱਲ੍ਹਾ ਦਿਓ ਅਸੀਂ ਜਿਹੜਾ ਉਹ ਪਕਾਉਣ ਡਿਆ ਉੱਥੇ ਚੋਲ ਤੇ ਲੇਟ ਹੋ ਜਾਣੀ ਉਹ ਚੁੱਲ੍ਹਾ ਛੋਟਾ ਯਾਰ ਐਸ ਲੈ ਲਿਆ ਜੀ ਸਾਡਾ ਚਿੱਟਾ ਰੱਖਾਂਗੇ ਵਿਚਕਾਰ ਹੈ ਰੱਖਾਂਗੇ ਤੇ ਤੂੰ ਪੈਪ ਲਾਵਾਂਗੇ ਆਪਣੇ ਸਿਲੰਡਰ ਨੂੰ ਫਿਰ ਵੇਖੋ ਮਿੰਟਾਂ 'ਚ ਪੱਕਦਾ ਸਾਡਾ ਬਿਰਿਆਨੀ ਲਿਆਓ ਮੈਂ ਚੂਕੂ ਤੁਮ ਚੂਕ ਲਓ ਕਿਸੇ ਕੋ ਕਹੀਂ ਇਸ ਕੋ ਸੂਟ ਨਾ ਦੇਣਾ ਹਜ਼ਰਤ ਇੱਕ ਰੂਈ ਲਾਉਣ ਸੁਣੀਏ ਬਿਰਿਆਨੀ ਪੱਕ ਰਹੀ ਹੈ ਜਿਸ ਨੇ ਖਾਣੀ ਹੈ ਅੱਜ ਟੇਸਟੀ ਹੈ ਚਾਚਾ ਜੀ ਆ ਲੈ ਕੇ ਆਏ ਜਸੀ ਹੈ ਇਸ ਤਰ੍ਹਾਂ ਰੱਖਣਾ ਜੇ ਬਾਕੀ ਪੈਪ ਲਾਉਣਾ ਪੈਣਾ ਪੈਪ ਦੇ ਅੱਗੇ ਉਹ ਲਾਉਣਾ ਪੈਣਾ ਕਲਿੰਪ ਕਲੁੰਪ ਉਹ ਉੱਥੇ ਲਾਉਣਾ ਪੈਣਾ ਜਿੱਥੇ ਉਹ ਲੱਗਿਆ ਇਹ ਵਾਲਾ ਲਾਉਣਾ ਪੈਣਾ ਛੋਟੀ ਛੋਟੀ ਨਾ ਖੋਲ ਲਓ ਕਲਿੰਪ ਇੱਕ ਮਿੰਟ ਲੱਗਣਾ ਭਾਈਆ ਵਿੱਚ ਜਿਹੜਾ ਗੰਢੇ
ਟਮਾਟਰ ਹਰੀਆਂ ਮਰਚਾਂ ਆਏ ਹਾ ਹਾ ਖੁਸ਼ਬੂ ਵਾਲਾ ਕੰਮ ਤੇ ਕਰਤਾ ਚਾਚੇ ਜੀ ਨੇ ਦੂਹਰਾ ਮਾਰੇ ਪੈ ਜਾਣਾ ਵਿੱਚ ਹੁਣ ਲਓ ਵੀ ਹੁਣ ਚੱਲੀ ਹਲਦੀ ਦੀ ਚਮਚ ਦੋ ਚਮਚ ਤਿੰਨ ਚਮਚ ਨਿੱਕੀਆਂ ਨੇ ਹੈ ਨਿੱਕੀਆਂ ਚਮਚੀਆਂ ਹੁਣ ਚੱਲੀਆਂ ਲਾਲ ਮਰਚਾਂ ਇੱਕ ਚਮਚੀ ਟੂ ਚਮਚੀ ਬੜੀਆਂ ਨਹੀਂ ਇਹ ਹੱਥ ਤੋਂ ਤਿੰਨ ਚਮਚੀ ਬਹੁਤੀਆਂ ਮਰਚਾਂ ਹੋਣਗੀਆਂ ਤਾਂ ਹੀ ਥੋੜੇ ਥੋੜੇ ਖਾਣਗੇ ਇਸ ਤਰ੍ਹਾਂ ਇਹਨਾਂ ਤੇ ਖਾ ਜਾਣੇ ਸੱਤ ਸੱਤ ਆ ਦੀਆਂ ਕੀ ਖਿਆਲ ਚਾਚੀ ਮਾਂ ਜੀ ਬੜੇ ਚਾਵਲ ਹੁੰਦੇ ਮੁੱਕਣ ਨਹੀਂ ਲੱਗੇ ਇਨਸ਼ਾਅੱਲਾ ਨਾ ਜਿਹੜਾ ਤੁਸੀਂ ਮਰਚਾਂ ਵਾਲਾ ਸਿਸਟਮ ਕਰ ਰਹੇ ਹੋ ਵਾਕਈ ਨਹੀਂ ਮੁੱਕਣੇ ਲਓ ਜੀ ਲੂਣ ਵੀ ਗਿਆ ਅੱਜ ਹੈਲੋ ਜੀ ਹੈਲੋ ਜੀ ਹੈਲੋ ਜੀ ਲੈ ਵੀ ਇੱਕ ਹੋਰ ਚਮਚੀ ਹੈਲੋ ਪਾ ਛੇ ਚਮਚੀਆਂ ਲੂਣ ਦੀਆਂ ਮੈਂ ਹਿਸਾਬ ਲਾਇਆ ਇਹ ਵਾਕਈ ਨਹੀਂ ਮੁੱਕਣੇ ਨਹੀਂ ਇਹ ਵਾਕਈ ਨਹੀਂ ਮੁੱਕਣੇ ਮੇਰੇ ਖਿਆਲ ਨਾਲ ਪੂਰੇ ਪਿੰਡ ਵੀ ਆ ਗਿਆ ਫਿਰ ਵੀ ਨਹੀਂ ਮੁੱਕਣੇ ਕੀ ਖਿਆਲ ਹੈ ਹੁਣ ਜੀ ਬਿਰਿਆਨੀ ਮਸਾਲਾ ਪਾਉਣ ਲੱਗੇ ਅੱਛਾ ਬਿਰਿਆਨੀ ਮਸਾਲਾ ਹੁਣ ਸੁੱਟਣ ਲੱਗੇ ਆ ਲਓ ਜੀ ਹੈਲੋ ਜੀ ਬਿਰਿਆਨੀ ਮਸਾਲਾ ਵੀ ਛੋਟ ਕਤਾ ਜੀ ਇੱਥੇ ਤਾਂ ਅੱਜ ਪੂਰੀ ਕੁਕਿੰਗ ਹੋਣ ਡਈ ਤੇ ਭਾਈ ਆ ਇੱਕ ਮਿੰਟ ਭਰਾ ਯਾਰ ਮੂੰਹ 'ਚ ਲੈਟ ਹੋਣ ਦੇ ਜ਼ਰਾ ਚਿੱਟਾ ਹੋਣ ਦੇ ਬਲਬ ਹੋਣ ਦੇ ਜ਼ਰਾ ਸਾਈਡ 'ਚ ਉਹ ਫਿਰ ਅੱਗੇ ਹੋਈ ਜਾਣ ਦੇ ਭਾਈ ਆ ਹਾਂਜੀ ਉਹ ਮੈਂ ਉਹਨਾਂ ਦੱਸਣ ਲੱਗਾ ਅਜੇ ਸਾਡੇ ਚਾਚਾ ਚੀਮਾ ਉਹ ਇਹਨਾਂ ਇਹਨਾਂ ਦਾ ਸਹੀ ਨਾਂ ਆਏ ਆਸਫ ਚੀਮਾ ਇੰਝ ਗੱਲ ਹੈ ਮੁਹੰਮਦ ਆਸਫ ਚੀਮਾ ਸਹੀ ਹੋ ਗਿਆ ਬਈ ਹੈਲੋ ਜੀ ਉਹਨੇ ਸਵਾਦ ਕਰਦਾ ਤੁਸੀਂ ਬਸ ਕੱਢੋ ਉਹਦੇ ਨਾਲ ਛੇਤੀ ਪੱਕ ਜਾਏਗੀ ਯਾਰ ਭਾਈ ਆ ਚੁੱਲ੍ਹਾ ਜਿਹੜਾ ਨਾ ਸਾਈਡ 'ਚ ਬਣਾ ਲਿਆ ਜੀ ਇੱਕ ਹੋਰ ਅਤੇ ਪਤੀਲਾ ਚੁੱਕ ਕੇ ਰੱਖ ਲਿਆ ਉਹਨੇ ਇਸ ਚੁੱਲ੍ਹੇ 'ਤੇ ਤਾਂ ਹੁਣ ਅੱਲਾ ਖੈਰ ਕਰੇ ਇਨਸ਼ਾਅੱਲਾ ਸਾਡੀ 5-10 ਮਿੰਟ ਤੱਕ ਬਿਰਿਆਨੀ ਪੱਕ ਜਾਣੀ ਜੇ ਇੱਥੇ ਜਿਹਦੇ 'ਚ ਅੱਗ ਬਲ ਗਈ ਸਹੀ ਤਰ੍ਹਾਂ 'ਤੇ ਹੁਣ ਬਲਣ ਲੱਗੀ ਇਸ ਚੁੱਲ੍ਹੇ ਥੱਲੇ ਅੱਗ ਓਏ ਹੋ ਤੇਰੀ ਖੈਰ ਓਏ ਪੁਰਾਣੀ ਗੱਡੀ ਨਵੇਂ ਟਾਇਰ ਉਹ ਤੇਰੀ ਖੈਰ ਨਵੀਂ ਗੱਡੀ ਪੁਰਾਣੇ ਟਾਇਰ ਭਾਈ ਆਹ ਚੁੱਲ੍ਹਾ ਜਿਹੜਾ ਨਾ ਐਵੇਂ ਘਰ ਵਾਲਾ ਇਹਦੇ ਥੋੜ੍ਹੀ ਗੈਸ ਨਿਕਲਦੀ ਅੱਗ ਨਹੀਂ ਸਹੀ ਲੱਗਦੀ ਅਤੇ ਇਸ ਚੁੱਲ੍ਹੇ 'ਚ ਤਾਂ ਵੇਖੋ ਨਾ ਪੂਰੇ ਭਾਂਬਰ ਮੱਚ ਗਏ ਨੇ ਹੁਣ ਵੇਖਿਓ ਪੱਕ ਦੀ ਸਾਡੀ ਬਿਰਿਆਨੀ ਸਿੱਧਾ ਪੱਧਰਾ ਕਰਨਾ ਚਲੋ ਪਾਓ ਜੀ ਇਮਲੀ ਇਮਲੀ ਹੈਲੋ ਜੀ ਹੁਣ ਇਮਲੀ ਤੁਰ ਗਈ ਜੇ ਸਾਡੀ ਬਿਰਿਆਨੀ ਦੇ ਵਿੱਚ ਭਾਈ ਆ ਸੂਰਜ ਡੁੱਬ ਚੱਲਾ ਜੇ ਟਾਈਮ ਥੋੜ੍ਹਾ ਰਹਿ ਗਿਆ ਅਤੇ ਇੱਧਰ ਜਾਣਾ ਸਾਡੇ ਚਾਚੀ ਮੇਰੀ ਹੁਣ ਸਰ ਸਵਾਰੇ ਹੋ ਕੇ ਬਹਿਣ ਲੱਗੇ ਨੇ ਹੁਣ ਵੇਖਿਓ ਤੁਸੀਂ ਬਣਦਾ ਕੀ ਤੁਸੀਂ ਬਸ ਵੇਖੀ ਜਾਓ ਸਾਰ ਜਣੇ ਬਾਈ ਉਹ ਬਿਰਿਆਨੀ ਪੱਕਣ ਦੀ ਬਾਈ ਬਾਈ ਥੱਲੇ ਬਾਈ ਥੱਲੇ ਬਾਈ ਥੱਲੇ ਬਹੁਤ ਲਓ ਜੀ ਸੁੱਟੋ ਆਏ ਹਾਏ ਪੱਟ ਮੋਟੀ ਦਾ ਇਹ ਗਿਆ ਜੀ ਮਸਾਲੇ 'ਚ ਚਾਚਾ ਲੈ ਹਾਏ 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 ਭਾਈ ਆ ਜਿਹੜਾ ਇੱਧਰ ਹੁਣ ਮਸਾਲੇ ਦੇ ਵਿੱਚ ਤੁਰ ਗਈਆਂ ਬੋਟੀਆਂ ਸਾਰੀਆਂ ਜੀ ਹੁਣ ਜ਼ਰਾ ਜਿਹੜਾ ਨਾ ਇਹਨੂੰ ਲੱਗੇਗਾ ਤੜਕਾ ਆਏ ਹਾਏ ਹਾਏ ਦੌੜਨੇ ਦਾ ਰੋਜ਼ਾ ਰੱਖਿਆ ਤੇ ਸੁਬਹਾ ਦਾ ਉੱਠਣ ਨਹੀਂ ਹੁੰਦਾ ਤੇ ਹੁਣ ਕਬੂਤਰ ਆ ਤੇ ਕਬੂਤਰ ਫੜਨ ਤੁਰ ਗਿਆ ਦਾਊਦ ਵੇਖੀਓ ਧਿਆਨ ਨਾਲ ਦਾਊਦ ਅਨੀਪ ਜਾ ਦੌੜ ਸਾਥ ਗਲਿਆ ਉਹਨੂੰ ਦੌੜ ਸਾਥ ਗਲਿਆ ਕਬੂਤਰ ਬੈਠਾ ਕਬੂਤਰ ਬਹਿਣ ਦਿਓ ਰੋਲਾ ਖੋਲਣਾ ਉਹਨੂੰ ਕਹਾ ਜਾ 6 ਵਜੇ ਚਲੇ ਜੇ ਤੇ ਸਾਡੀਆਂ ਇਹ ਬੋਟੀਆਂ ਪਈਆਂ ਨੇ ਤਕਰੀਬਨ ਪਿੱਛੇ 20 ਮਿੰਟ ਆ ਗਏ ਨੇ ਸਾਡੇ ਤੇ ਇਹਦਾ ਜਰਾ ਇਹ ਬੋਟੀਆਂ ਪਈਆਂ ਨੇ ਬਾਕੀ ਅੱਗੋਂ ਹੁਣ ਚੁੱਲ੍ਹਾ ਤਗੜਾ ਆ ਗਿਆ ਹੁਣ ਕੰਮ ਐਵੇਂ ਮੁੱਕ ਜਾਣਾ ਕੀ ਖਿਆਲ ਚਾਚਾ ਜੀ ਕੰਮ ਹੋ ਗਿਆ ਬਸ 10 ਮਿੰਟਾਂ ਦਾ ਹੀ ਕੰਮ ਹੈ ਕੰਮ ਹੋ ਗਿਆ ਤੁਸੀਂ ਲਿਆਓ ਪਾਣੀ ਲਿਆਓ ਲੋ ਜੀ ਕੰਮ ਤਾਂ ਮੁੱਕ ਗਿਆ ਤੇ ਅੱਜ ਪਾਣੀ ਲਿਆਓ ਕੰਮ ਲਾਉਂਦੇ ਮੈਂ ਕੈਮਰਾ ਫੜਿਆ ਇਸੇ ਵਾਸਤੇ ਭਾਈ ਆ 100 ਮਿਲੀਅਨ ਆਪਣੀ ਜਗ੍ਹਾ 'ਚ ਜਰਾ ਬਿਰਿਆਨੀ ਆਪਣੀ ਜਗ੍ਹਾ 'ਚ ਕੰਮ ਚੋਰੀ ਆਪਣੀ ਜਗ੍ਹਾ 'ਚ ਵੇਖ ਲਓ ਆਪਾਂ ਵੀਡੀਓ ਵਾਲੇ ਚੱਕਰਾਂ 'ਚ ਲੱਗ ਜਾਂਦੇ ਹਾਂ ਸਾਰੇ ਯਾਰੇ ਉਹਨਾਂ ਦਾ ਸਮਾਨ ਲਿਆਉਣ ਡੇ ਨੇ ਚਾਚਾ ਜੀ ਕੋਈ ਵੀ ਕੰਮ ਹੋਏ ਤੁਸੀਂ ਦੱਸਣਾ ਠੀਕ ਹੈ ਕੰਮ ਹੈ ਕੋਈ ਨਾ ਕੰਮ ਹੋ ਗਿਆ ਠੀਕ ਹੋ ਗਿਆ ਬਸ ਫਿਰ ਤੁਹਾਡੀ ਬਿਰਿਆਨੀ ਤਿਆਰ ਹੈ ਇਨਸ਼ਾਅੱਲਾ ਮੈਂ ਅੱਗੇ ਵੀ ਆਖਿਆ ਬਿਰਿਆਨੀ ਪੱਕਣ ਦੀ ਚੁੱਪ ਕਰੇ ਬਾਈਓ ਥੱਲੇ ਖਲੋ ਕੇ ਨਹੀਂ ਵੇਖੀ ਦੀ ਹੁੰਦੀ ਖਲੋ ਕੇ ਨਹੀਂ ਵੇਖੀ ਹੁੰਦੀ ਬਾਈਓ ਬਾਈਓ ਪਤੀਲੇ ਵਿੱਚ ਵੀ ਵਿੱਚ ਨਹੀਂ ਧਿਆਨ ਪੈਂਦਾ ਯਾਰ ਖਲੋ ਜੋ ਫਿਰ ਵਿੱਚ ਵੇਖ ਲਓ ਬਈ ਤੁਸੀਂ ਚਾਚਾ ਕਿੱਥੇ ਕੰਮ ਆਪੜਿਆ ਬਸ ਨੇੜੇ ਕੰਮ ਪਹੁੰਚ ਗਿਆ ਨੇੜੇ ਉੱਪਰ ਗਿਆ ਚੱਲ ਫੇਰ ਠੀਕ ਯਾਰ ਆ ਪੱਕੀ ਪਈ ਵੇਖ ਯਾਰ ਆ ਬਸ ਐ ਬਸ ਐ ਪੱਕੀ ਗਈ ਪੱਕ ਗਈ ਖਰਬੂਜ਼ੇ ਕੱਟੋ ਓਏ ਮੁੰਡਿਓ ਅਦਰ ਸੁਣੋ ਅਦਰ ਤਾਂ ਸੁਣੋ ਖਜੂਰਾ ਵੀ ਧੋਵੋ
ਹਾਂ ਅੰਦਰ ਜਿਹੜਾ ਮਿੱਠਾ ਪਾਣੀ ਬਣਾ ਹੰਡੇ ਨੇ ਮੁੰਡੇ ਤੇ ਉਹਨਾਂ ਨੂੰ ਮੈਂ ਖਜੂਰਾਂ ਸਲਾਹ ਦੇ ਦਿੱਤਾ ਹਲੋ ਜੀ ਹੁਣ ਚੱਲ ਆ ਜੇ ਪਾਣੀ ਇਹਦੇ ਵਿੱਚ ਪਾ ਜੇ ਆਪਣੇ ਹਿਸਾਬ ਨਾਲ ਡਾਲ ਲਓ ਪਹਿਲਾਂ ਵੀ ਵੇਖੀ ਥੋੜਾ ਜਿਹਾ ਪਾ ਕੇ ਘੋਲ ਕੇ ਵੇਖ ਲਿਓ ਨਾ ਥੋੜਾ ਜਿਹਾ ਪਾ ਕੇ ਵੇਖ ਲਿਓ ਜੇ ਸਹੀ ਹੋਏਗਾ ਠੀਕ ਨਹੀਂ ਥੋੜਾ ਜਿਹਾ ਹੋਰ ਪਾ ਲਿਓ ਦੋ ਤਿੰਨ ਕੋਲੇ ਪਾਣੀ ਪਾਣਾ ਭਾਈ 6:01 ਹੋ ਗਏ ਜੇ ਤੇ ਇੱਧਰ ਜੇ ਨਾ ਕੰਮ ਲੱਗ ਗਿਆ ਉੱਪਰ ਗਿਆ ਟਾਈਮ ਲੱਗ ਜਾਣਾ ਨਹੀਂ ਲੱਗ ਗਿਆ ਟਾਈਮ ਜਿਹੜਾ ਲੱਗਣਾ ਸੀਗੇ ਕਦੀ ਕਦੇ ਲੱਗ ਜਾਣਾ ਆਪਣੇ ਸ਼ਾਮ ਦਾ ਟਾਈਮ ਹੋ ਗਿਆ ਤੇ ਮੱਝਾਂ ਜਿਹੜਾ ਆਪਣੇ ਘਰ ਨੂੰ ਤੁਰ ਪਈਆਂ ਨੇ ਸਲਾਮ ਅਲੈਕਮ ਚਾਚਾ ਕੀ ਹਾਲ ਠੀਕ ਹੋ ਚੀਨੀ ਪਾਈ ਜੇ ਚੀਨੀ ਖੋਲ ਛੜੀ ਜੇ ਹੈ ਮੁੰਡਾ ਸਿਆਣਾ ਵੀ ਛੇਤੀ ਕੰਮ ਕਰ ਲਿਆ ਤੁਸੀਂ ਨਾਲ ਬਣਾਇਆ ਮੈਂ ਆਹੀ ਬਣਾਇਆ ਲਓ ਜੀ ਆ ਪਾਣੀ ਜਿਹੜਾ ਨਾ ਤਿਆਰ ਹੋ ਗਿਆ ਚਾਚੇ ਨੇ ਉਹਨੂੰ ਆਰਡਰ ਕੀਤਾ ਅੱਧਾ ਟੱਪ ਪਾਣੀ ਦਾ ਬਣਾਉਣਾ ਗੱਲਾਂ ਦਾ ਸੁਣਾ ਚੁੱਕ ਉਧਰੋਂ ਇੱਥੇ ਚੁੱਕ ਲੈ ਉਹ ਉਧਰੋਂ ਤੇ ਚੁੱਕ ਉਧਰੋਂ ਚੁੱਕ ਉਧਰੋਂ ਹੱਥ ਰੱਖੀ ਜਰਾ ਕਿਤੇ ਉਲਟੀ ਨਾ ਜਾਏ ਇੱਥੇ ਕਿਸੇ ਪਾਸੇ ਨੂੰ ਇੱਥੇ ਰੱਖ ਇੱਥੇ ਲਾ ਕੇ ਰੱਖਣਾ ਜੇ ਉਹ ਜੇ ਕਰੂੜੇਗਾ ਸਿਰਾ ਮੈਂ ਧੋ ਕੇ ਪਾਣੀ ਬਾਹਰ ਨੂੰ ਕੱਢ ਦਾਂਗੇ ਪੰਜਾਹ ਉੱਧਰ ਜਰਾ ਬਾਲੇ ਆ ਗਏ ਜੇ ਪਾਣੀ ਦੇ ਤੇ ਇੱਧਰ ਜਰਾ ਬੋੜੀ ਚੋਲਾਂ ਚੋਂ ਪਾਣੀ ਕੱਢਣ ਦੇ ਨੇ ਤੇ ਫਿਰ ਸੁੱਟਣੇ ਜਰਾ ਚੋਲ ਇਸ ਜੇ ਪਤੀਲੇ ਦੇ ਵਿੱਚ ਤੇ ਟਾਈਮ ਹੋ ਗਿਆ ਜੇ ਲੱਗਦਾ ਭਲਾ ਕਰੇ 6:10 ਚੱਲਦੇ ਕਿੰਨਾ ਟਾਈਮ ਰਹਿ ਗਿਆ ਉਹਦਾ ਖੁੱਲਣ 'ਚ ਬਸ ਰਹਿ ਗਏ 10 ਮਿੰਟ 10 ਮਿੰਟ ਰਹਿ ਗਏ ਕੋਈ ਨਹੀਂ 10 ਮਿੰਟ ਪੱਕ ਜਾਣਾ ਇਨਸ਼ਾਅੱਲਾ ਹੈਲੋ ਜੀ ਚੋਲ ਵੀ ਆ ਗਏ ਚੁੱਕ ਲੈ ਤਾਂ 6 ਮਹੀਨੇ ਤੂੰ ਪਤੀਲਾ ਲੈ ਵੀ ਚੋਲ ਲੈ ਕੇ ਆਇਆ ਬੋੜੀ ਲੈ ਵੀ ਲੋਤੇ ਵਿੱਚ ਸਾਰੇ ਹੀ ਓਏ ਇਹ ਬੜਾ ਵੱਡਾ ਨੇ ਇਨਸਾਫ ਦੀ ਲਪਕਾਂ ਦੇ ਦੇ ਤੇ ਆ ਜੋ ਬੜੀ ਸੋਹਣੇ ਬਰਿਆਨੀ ਦੇ ਦੱਸੋ ਆਪਣੇ ਹੱਥਾਂ ਨਾਲ ਪਕਾਈ ਹਾਂਜੀ ਆਪਣੇ ਹੱਥਾਂ ਨਾਲ ਪਕਾਨੇ ਆ ਵੇ ਜਨਾਬ ਕੋ ਕੁਆੜੇ ਹੱਥਾਂ ਨਾਲ ਪਕਾਈ ਵੇਖੇ ਭਾਵੇਂ ਚਾਚੀ ਘਰ ਜਾਂਦੇ ਕੁੱਟਣ ਲੱਗ ਪਏ ਨਾ ਕਿ ਆਮ ਸਕੂਲ ਨਾਲ ਆਇਆ ਤੁਸੀਂ ਰੋਣਾ ਰੋਣਾ ਖੋਲਣਾ ਪਾ ਦੁਕਾਨ ਤੇ ਭਾਵੇਂ ਮਾਸ਼ਾਅੱਲਾ ਦੌੜਦਾ ਯਾਰ ਤੇ ਦੌੜਦੇ ਦੋਵਾਂ ਨੇ ਰੋਜ਼ਾ ਰੱਖਿਆ ਅੱਜ ਆਪੋ ਚ ਵੱਜਦੇ ਫਿਰਦੇ ਨੇ ਪਾਣੀ ਸੁੱਕਣ ਵਾਲਾ ਫਿਰ ਪੱਕ ਗਏ ਨੇ ਭਾਈ ਆ 6:21 ਦੇ ਰੋਜ਼ਾ ਖੋਲਣਾ 6:15 ਹੋ ਗਏ ਨੇ 5-6 ਮਿੰਟ ਲੱਗਣੇ ਨੇ ਫਿਰ ਦਮ ਲਾ ਕੇ ਆਪੇ ਅਸੀਂ ਜਰਾ ਖਜੂਰ ਨਾਲ ਰੋਜ਼ਾ ਖੋਲ ਲਾਂਗੇ ਤੇ ਨਾਲ ਪਾਣੀ ਪੀ ਲਾਂਗੇ ਮਿੱਠਾ ਉਹ ਤੋਂ ਬਾਅਦ ਫਿਰ ਨਮਾਜ਼ ਪੜ੍ਹ ਕੇ ਫਿਰ ਅਸੀਂ ਖਾਵਾਂਗੇ ਝੋਲ ਬਰਿਆਨੀ ਮੇਰਾ ਸੱਜਣ ਵੀ ਆ ਗਿਆ ਜੇ ਮੇਰਾ ਯਾਰ ਵੀ ਆ ਗਿਆ ਦੌੜ ਲਾ ਫਿਰ ਉਹ ਦੌੜ ਤਾਂ ਲਾ ਉਹ ਕਹਿਣਾ ਸਹੀ ਪਕਾਓ ਆ ਜਾ ਵੀ ਆ ਜਾ ਅੱਜ ਪੜ੍ਹ ਕੇ ਜਾਏਗਾ ਅਸੀਂ ਬਾਅਦ ਚ ਖਵਾਣੀ ਰੋਜ਼ਾ ਰੱਖਿਆ ਜੀ ਆਈ 6 ਰੋਜ਼ੇ ਸਾਰੇ ਰੱਖੇ ਨੀ ਮਾਸ਼ਾਅੱਲਾ ਕੀ ਸਮਝਿਆ ਨੀ ਕੀ ਜਹਾਜ਼ ਬਹਿ ਗਿਆ ਨਾ ਕਿ ਮੈਂ ਉਮਰਾ ਕਰਾਇਆ ਲਾ ਬੰਦਾ ਚੰਗਾ ਦਵਾ ਮੰਗਣ ਡਿਆ ਸਾਰਿਆਂ ਨੂੰ ਹੀ
ابے نو ہی کہندا کہندا عمرے تے جاؤ کیوں تو تے گل سن بھوک لگی ہے آئی بوٹیاں پٹ آئی کوتیاں بس کر میرا ہاتھ پیر کرن لگ پیا اچھا ہوں میں دس رات تراویا چ تشتانیاں کر رہے اور نہ میرا لوا رہے نال مرے کون ہی واقعی کیا ہی تیرا بھرا ہی وا ہاں نہ ساڑا لوا رہا جی اج بوٹیا نہیں کت یار کوئی ہو گیا نہیں کوئی ہاسے والی گل نہیں سنا ہاسے والی گل میٹھا پانی بھی اندر روح افزا کھجوڑا بھی نے بریانی پکان دے جڑا لے کے جانی کسی دوسرے پنڈ ایتھے کھانی حکم آئی تھوڑ گیا نہیں ایتھے کھانی گسا کر گیا نہیں یار چل چل پٹ تیرے گسا کر گیا یار یار ہی نہیں آواز آ رہی ہے بس کر بجتی رالا صاحب آ گئے چپ کر لڑائی لوا چکے ایک منٹ رالا صاحب سلام نہیں لائی لاڈو رانا صاحب کہن ڈیا اج دونوں رل کے یار کھاوا گے کہنا یار ہے تیرا سعید تے پھر تین یار ہونا پتا بھی لین گیا میرا بیمار ہوا جی لاڈو بیمار ہوا پتا نہیں لین گیا یار کہنا کسی دسیا ہی نہیں گیا چل آپ گن داچر کرا گے یہ والا کہن ڈیا کہن ڈیا لاڈو نے لاہج کرائے دعوا دین ڈیا تین پر وہ کہنے چیتی کرائے رانا جی بوٹیاں کھانی ایک میری گل ہی مان لے پھر مان لے گا پکی گل منے گا کرو اج پھر اپنی جرا پھر لڑائی معاف کرو کہ جفا ہی لا لا یار لیا کتنا یار ویخ لڑائی نہیں معاف کرنی رانا صاحب پھر ہوں روز جان کوئی نہیں رو جانا پھر پھر گل نہیں مانتی ایک بار بعد جفا لا لو ویڈیو کہنا معافی دیا وہ کہنا معافی دیا رکھ تو جفا لا یار جفا لا معافی دیا وہ معافی منگن دیا کہنا وہ کہنا پیروں ہاتھ لا لو کہنا راضی ہو جا کہ یار بن جا میرا چل رانا یار بنو یار رانا لا یار جفا رانا ویخ ل رانا نے کو لایا جفا رانا نراس ہوئے کہنا معافی مانگ لیا یار آوے کہنا روز یہ ایک جفا لا لیا یار نہیں پھر رانا تو گاہ ہو جفا لا یار یار سعید جفا لا لیں گا یہ نہیں لانا یار میں پھر رانا صاحب کر لینا کچھ ایک بار جفا تو لاؤ معافی تو کیا بھی نہیں لائیں گا بریانی جرا نا ادھر تیار ہو گئی جی ماشاء اللہ ہونی دم شم دینے باقی جرا نا لیاقت تو لاڈو کی سلاح کرانی ہے ہوں اِسی کسی نے سلاح کرانی ہے لیاقت مانتا لاڈو نہیں مانتا دیکھ رہے گا معافی وہ کہتا وہ نہیں نہیں وہ کہتا تو میرا پتا نہیں لینا میں بیمار ہوا تا ناراض ہوا یاد نہیں رہا یا دسیا نہیں کسی نے دسیا نہیں کسی نے چل کوئی نہ کر لینا سوڑا کتنے بٹھا کے تمہیں کھوانے وہ میرے کل ہی مڑے میرے تو کدی گھر ہے تجھے سالا نہیں دتا
ਮਨਾਵਾਂਗੇ ਅੱਜ ਅੱਜ ਤੁਹਾਡਾ ਜੱਫਾ ਲਵਾਵਾਂਗੇ ਖਿੱਚ ਕੇ ਜੱਫਾ ਲਾਣਾ ਜੀ ਠੀਕ ਹੈ ਅੱਜ ਕਰਨੇ ਤੁਹਾਡਾ ਕੋਈ ਹੱਲ ਗੁੱਤਿਆ ਪੱਕੀ ਨਹੀਂ ਪੱਕ ਪਈ ਹੈ ਬਾਈ ਭਾਈ ਯਾਰ ਟਾਈਮ 6:22 ਹੋਏ ਰੋਜ਼ ਖੁੱਲਣ ਲੱਗਾ ਚਲੋ ਹੁਣ ਚੁੱਕ ਲੈ ਚੜੀ ਅੰਦਰ ਭਾਈ ਆ ਦਮ ਜਿਹਾ ਲਾ ਕੇ ਨਾ ਤੇ ਹੁਣ ਚੁੱਕ ਕੇ ਅੰਦਰ ਖੜਨ ਲੱਗੇ ਜੇ ਅਸੀਂ ਹੋਰ ਰੋਲਾ ਖੁੱਲ ਗਿਆ ਚਲਾ ਜਰਾ ਖਜੂਰ ਸ਼ੂਰ ਖਾਈਏ ਚੁੱਕ ਲਓ ਜਾ ਖਜੂਰ ਚੱਲ ਗਿਆ ਖਜੂਰ ਖਾ ਕੇ ਰੋਜ਼ਾ ਖੁੱਲ ਲਈਏ ਬੜਿਆ ਨਹੀਂ ਬਾਅਦ ਖਾਵਾਂਗੇ ਲਾ ਮਸਾਲੇ ਲਈ ਬਾਬਾ ਮਰੇ ਮਾਤਾ ਕਾ ਖਜੂਰ ਨਾਲ ਰੋਦਾ ਖੋਲ ਕੇ ਪਾਣੀ ਪੀ ਕੇ ਹੁਣ ਦੁਬਾਰਾ ਚੋਲਾਂ ਵੱਲ ਆਏ ਹਾਂ ਬੋਰੀ ਵੀ ਜਰਾ ਹੋਣੀ ਆਏ ਜੇ ਹੁਣ ਹਾਂਜੀ ਗੈਸ ਜਰਾ ਬੰਦ ਕਰ ਛੜੀ ਥੱਲੇ ਅਜੇ ਵੀ ਅੱਗ ਲੱਗੀ ਹੈ ਲੈ ਚਲੀ ਚੁੱਕ ਕੇ ਪੂਣਾ ਥੱਲੇ ਕਰ ਲਾ ਇਹ ਗਰਮ ਜੇ ਚਾਚੂ ਜੀ ਕਿਵੇਂ ਨੇ ਪੱਕੇ ਨੇ ਮਜ਼ੇਦਾਰ ਨੇ ਬੜੇ ਮਜ਼ੇਦਾਰ ਲੂਣ ਮਿਰਚ ਸਭ ਕੁਝ ਫਸਟ ਕਲਾਸ ਹੈ A1 ਹਾਂਜੀ A1 ਐ ਜਰਾ ਨਾ ਚਾਚੀ ਮੇਰੇ ਬਣਾਏ ਜੇ ਇਹਦਾ ਹਾਂ ਜੀ ਬੜਾ ਚੰਗਾ ਕੋਕੇ ਇਹਦਾ ਕੋਕੇ ਕੋਕਾ ਨੇ ਚਾਚੀ ਮਾ ਪੂਰਾ ਹੁਣ ਭਾਈ ਆ ਅੰਦਰ ਲੈ ਚਲੀਏ ਨਮਾਜ਼ ਦਾ ਟਾਈਮ ਹੋ ਗਿਆ ਨਮਾਜ਼ ਪੜ੍ਹ ਕੇ ਫੇਰ ਖਾਵਾਂਗੇ ਸਾਰੇ ਜਣੇ ਨਮਾਜ਼ ਪੜ੍ਹਨ ਤੋਂ ਬਾਅਦ ਨੇ ਹੁਣ ਚੌਲ ਪਾਉਣ ਲੱਗੇ ਸਪਰਾਤਾਂ 'ਚ ਭਾਈ ਆ ਚੌਲਾਂ ਦੀਆਂ ਪਰਾਤਾਂ ਜਿਹੜਾ ਨਾ ਬਾਹਰ ਲਿਆ ਕੇ ਰੱਖਣ ਲੱਗੇ ਹਾਂ ਧਿਆਨ ਰੱਖੀ ਕਿਤੇ ਕੋਈ ਵਿੱਚ ਹੱਥ ਨਾ ਮਾਰੇ ਇਕੱਠੇ ਰਲ ਖਾਵਾਂਗੇ ਹੁਣ ਜਿਹੜਾ ਨਾ ਜਿਹੜਾ ਸਾਰੇ ਜਣੇ ਬੈਗ ਖਾਣ ਲੱਗੇ ਜੇ ਰਲ ਕੇ ਸਾਡਾ ਦੋਸਤ ਲਿਆ ਕੇ ਇੱਧਰ ਬੈਠਾ ਹੈ ਮਜ਼ੇਦਾਰ ਪੱਕੇ ਨੇ ਦੱਸ ਬਈ ਚਾਚੀ ਚੀਮੇ ਨੇ ਮਜ਼ੇਦਾਰ ਪਕਾਏ ਨੇ ਚੌਲ ਚਾਚੂ ਕਹਿ ਸਰ ਚਾਚੀ ਮੈਨੇ ਮਜ਼ੇਦਾਰ ਪਕਾਏ ਚੌਲ ਜੀ ਤੁਸੀਂ ਫੇਮਸ ਹੋ ਗਏ ਹੋ ਸਾਰੇ ਹੀ ਕਹਿੰਦੇ ਨੇ ਇੰਨੇ ਮਜ਼ੇਦਾਰ ਨੇ ਉਂਗਲੀਆਂ ਚੱਟਣ ਦੇ ਨੇ ਲਿਆਕਤ ਖਾ ਲੇਗਾ ਪੱਕੀ ਗੱਲ ਆਵਾਂ ਮੈਂ ਆ ਜਾ ਨਾਲ ਤੂੰ ਨਿਆ ਇੱਕ ਮਿੰਟ ਖਾ ਲਾ ਸਾਰਿਆਂ ਨੂੰ ਖਾ ਲਾ ਫਿਰ ਤੂੰ ਹਾਰਨਾ ਮੈਂ ਲਿਆਕਤ ਵੱਲ ਵੇਨੇ ਵਾਲਾ ਮੈਨੂੰ ਸਾਦਾ ਕਿ ਨਹੀਂ ਲਿਆਕਤ ਆ ਜਾ ਤੇਰੇ ਨਾਲ ਪੱਕੀ ਗੱਲ ਬਹਿ ਜਾ ਇੱਥੇ ਮਾਰੇਗਾ ਤੇ ਨਹੀਂ ਬਾਅਦ ਚ ਲਾ ਲਾ ਬੁੜਕੀ ਚੱਲ ਖਾ ਯਾਰ ਖਾ ਖਾ ਹੁਣ ਜੀ ਲੱਗਾ ਖਾ ਲੈ ਭਾਈ ਆ ਸਾਰਿਆਂ ਨੇ ਬਿਰਿਆਨੀ ਖਾਧੀ ਸਾਰਿਆਂ ਤਾਰੀਫ ਕੀਤੀ ਮਜ਼ਾ ਆਇਆ ਸਾਰਿਆਂ ਨਾਲ ਕਿਉਂ ਸਫਾਈ ਕਰਨ ਡੇ ਜੇ ਤੇ ਮੈਂ ਤੇ ਇਜ਼ਾਫਾ ਬਹਿ ਕੇ ਨਾ ਭਾਂਡੇ ਧੋਣ ਲੱਗਿਆ ਉਹਨਾਂ ਘਰ ਯਾਰ ਭਾਂਡੇ ਅਸੀਂ ਵੈਪਰ ਹਾਂ ਤੁਸੀਂ ਵੈਪਰ ਮੈਂ ਤੁਸੀਂ ਸਫਾਈ ਕਰੋ ਉਧਰ ਸਾਰੀ ਤੇ ਅਸੀਂ ਜ਼ਰਾ ਨਾ ਭਾਂਡੇ ਧੋ ਲੈਂਦੇ ਹਾਂ ਭਾਈ ਆ ਵੀ ਸਵਾਬ ਦਾ ਕੰਮ ਹੈ ਰੋਜ਼ੇਦਾਰਾਂ ਨੂੰ ਜੇ ਭਾਂਡੇ ਧੋਣੇ ਕੀ ਖਿਆਲ ਹੈ ਇਜ਼ਾਫਾ ਸਾਹਿਬ ਅਸੀਂ ਧੋਣੇ ਨੇ ਇਜ਼ਾਫਾ ਸਾਹਿਬ ਸਾਬਣ ਕਿੱਥੇ ਜੇ ਜਾਓ ਜਰਾ ਸਾਬਣ ਉਡਾ ਕਰੋ ਜਰਾ ਅਸੀਂ ਵੀ ਕੋ ਥੋੜਾ ਖਾਈਏ ਉਹ ਥੋੜਾ ਜਿਹਾ ਲਾਈਏ ਓਏ ਮਾਵੀਏ ਆ ਖਾ ਲੈ ਬਾਬਾ ਅਸੀਂ ਨਾ ਇੱਕ ਵਾਰੀ ਗਏ ਨਾ KFC ਜੇ ਹਾਂਜੀ ਤੇ ਜ਼ਫਾ ਸਾਹਿਬ ਬੇਲੇ ਦੇ ਪੈਸੇ ਨਾ ਮੇਰੇ ਕੋਲ ਨਾ ਜ਼ਫਾ ਕੋਲ ਤੇ ਉੱਥੇ ਜ਼ਫਾ ਨੇ ਭਾਂਡੇ ਧੋਤੇ ਨੇ ਉਦੋਂ ਦਾ ਹੀ ਦਾ ਐਕਸਪੀਰੀਅੰਸ ਬੜਾ ਹੈ ਵੀ ਸੱਚੀ ਮੱਚੀ ਭਾਈ ਆ ਕਿਸੇ ਵੀ ਆਰਡਰ ਉਡਰ ਦੇਣਾ ਹੋਏ ਨਾ ਕੋਈ ਵੀ ਭਾਂਡੇ ਧੋਣ ਦਾ ਤੇ ਆਹ ਬੰਦਾ ਬੜਾ ਕਾਰੀਗਰ ਜੀ 7:30 ਹੋ ਗਏ ਜੇ ਸਾਰੀ ਸਫਾਈ ਕਰਕੇ ਭਾਂਡੇ ਧੋ ਕੇ ਤੇ ਸਾਰਾ ਲੋਖਾ ਜਿਹਾ ਧੋਣਾ ਸੀ ਨਾ ਉਹ ਤਫਲਾ ਸੀ ਜਿਹਦੇ ਵਿੱਚ ਚੌਲ ਪਕਾਏ ਮੈਂ ਤੇ ਜਫਾ ਮਰ ਗਿਆ ਮਾਰ ਮਾਰ ਕੂਚਾ ਦਾ ਟਾਈਮ ਹੋਣ ਵਾਲਾ ਤੇ ਅਸੀਂ ਹੋਰ ਭਾਂਡੇ ਧੋ ਕੇ ਵੇਲੇ ਹੋਏ ਆ ਤੇ ਭਾਈ ਆ ਐਸੀ ਸਾਡਾ ਅੱਜ ਦਾ ਮਜ਼ੇਦਾਰ ਜਿਹਾ ਵਲੌਗ
ਜੇ ਤੁਹਾਨੂੰ ਚੰਗਾ ਲੱਗਾ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਨਾਲ ਸਾਡਾ ਫੇਵਰਿਟ ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਜ਼ਿੰਦਗੀ ਦੇ ਫੇਮ ਲਾਂਗੇ ਅਗਲੀ ਵੀਡੀਓ ਚ ਅੱਲਾ ਹਾਫਿਜ਼।